ਜਦੋਂ ਇਨਸਾਨ ਬਹੁਤ ਜ਼ਿਆਦਾ ਸਟ्रेस ਵਿੱਚ ਹੋ ਜਾਂਦਾ ਹੈ ਉਹਦੇ ਕੋਲ ਦੋ ਰਸਤੇ ਹੁੰਦੇ ਆ ਜੀ ਜਾਂ ਮੈਡੀਟੇਸ਼ਨ ਜਾਂ ਨਸ਼ਾ ਜਾਂ ਔਰ ਦੋਨਾਂ 'ਚ ਬਰਾਬਰ ਦਾ ਨਸ਼ਾ ਜਿਹਦੀ ਤਾਂ ਗੁਰੂ ਨਾਲ ਲੱਗੀ ਉਹ ਤਾਂ ਫਿਰ ਉਹਦੇ ਲਈ ਕੀ ਠੇਕਾ ਕੀ ਠਾਲਾ ਉਹ ਕਿਤੇ ਨਹੀਂ ਜਾਂਦਾ ਜਿਹੜਾ ਕਮਜ਼ੋਰ ਹੁੰਦਾ ਜਿਗਰੇ ਦਾ ਉਹਦੇ ਰਾਹ 'ਚ ਠੇਕਾ ਆ ਜਾਂਦਾ ਹੈ ਦੇਖੋ ਸੁਭਾਸ਼ ਗੋਇਲ ਹੈਲਥ ਸ਼ੋ ਸ਼ੁੱਕਰਵਾਰ ਸਵੇਰੇ 12:30 ਵਜੇ ਜ਼ੀ ਪੰਜਾਬੀ ਅਤੇ YouTube ਵੈਦਵਾਨ ਤੇ